ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਕਿਸਾਨ ਇੱਕ ਵਾਰ ਫਿਰ ਤੋਂ 26 ਜਨਵਰੀ ਨੂੰ ਸੜਕਾਂ 'ਤੇ ਦਿਖੇ ਨੇ। ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢ ਕੇ ਭਾਜਪਾ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ MSP ਸਮੇਤ ਕਈ ਮੁੱਦੇ ਨੇ ਜਿਸ ਨੂੰ ਲੈ ਕੇ ਭਾਜਪਾ ਸਰਕਾਰ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੋਇਆ। ਇੱਥੇ ਵੀ ਦੱਸ ਦਈਏ ਕਿ ਹੰਬੜਾ ਰੋਡ ਤੋਂ ਇਹ ਟਰੈਕਟਰ ਮਾਰਚ ਚੱਲ ਕੇ ਲੁਧਿਆਣਾ ਸ਼ਹਿਰ 'ਚ ਹੁੰਦਾ ਹੋਇਆ ਵਾਪਸ ਹੰਬੜਾ ਰੋਡ 'ਤੇ ਜਾ ਕੇ ਸਮਾਪਤ ਹੋਵੇਗਾ। ਕਿਹਾ ਕਿ ਇਸ ਦੇ ਨਾਲ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਤੱਕ ਆਵਾਜ਼ ਨੂੰ ਪਹੁੰਚਾਉਣਾ ਹੈ, ਤਾਂ ਉੱਥੇ ਹੀ ਉਹ ਅਗਰ ਸੁਣਾਈ ਨਾ ਹੋਈ ਤਾਂ ਦਿੱਲੀ ਦੀਆਂ ਬਰੂਹਾਂ 'ਤੇ ਵੀ ਟਰੈਕਟਰਾਂ ਜ਼ਰੀਏ ਧਰਨਾ ਲਾਉਣ ਨੂੰ ਮਜਬੂਰ ਹੋਣਗੇ। ਸਰ, ਜਿਹੜਾ ਅੱਜ ਮਾਰਚ ਕੱਢਿਆ ਜਾ ਰਿਹਾ ਟਰੈਕਟਰ ਮਾਰਚ, ਹਾਂਜੀ, ਇਹ ਹੈਗਾ ਕੇਂਦਰ ਸਰਕਾਰ ਖਿਲਾਫ਼ ਜਿਹਨੇ MSP ਦੀਆਂ ਮੰਗਾਂ ਸਾਡੀਆਂ ਮੰਨੀਆਂ ਸੀ ਨਾ ਕਿਸਾਨ ਯੂਨੀਅਨ ਦੀਆਂ 2 ਸਾਲ ਪਹਿਲਾਂ, ਉਹਨਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ, ਨਾ MSP ਦਿੱਤੀ ਆ ਜਿਹਨੇ 23 ਫਸਲਾਂ ਦੇਣੀ ਸੀ, ਅਤੇ ਹੋਰ ਵੀ ਕਈ ਕਿਸਾਨੀ ਮੰਗਾਂ ਨੇ ਉਹ ਨਹੀਂ ਮੰਨੀਆਂ। ਉਸਦੇ ਸੰਬੰਧ ਵਿੱਚ ਅਸੀਂ 26 ਜਨਵਰੀ ਦਾ ਰੋਸ ਮਾਰਚ ਪਿਛਲੇ ਸਾਲ ਵੀ ਕੱਢਿਆ ਸੀ, ਇੱਕ ਵੀ ਉਹ ਕੱਢ ਰਹੇ। ਕੇਂਦਰ ਸਰਕਾਰ ਬਸ ਲਾਰੇ ਬੁੱਤਿਆਂ 'ਤੇ ਆ ਰਹੀ ਆ ਵੀ ਦੇਖਦੇ ਆ, ਨਹੀਂ ਤਾਂ ਫਿਰ ਅਸੀਂ ਫਿਰ ਦਿੱਲੀ ਘੇਰਨ ਦਾ ਪ੍ਰੋਗਰਾਮ ਬਣਾਵਾਂਗੇ। ਜਿੰਨਾ ਇਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਸਾਹਿਬ ਮਨਜੀਤ ਸਿੰਘ ਧਨੇਰ ਨੇ ਅਤੇ ਗਰੁੱਪ ਦੇ ਪ੍ਰਧਾਨ ਨੇ ਬਲਾਕ ਹੰਬੜਾਂ ਤੋਂ ਚੱਲਿਆ ਹੈਗਾ ਜੀ ਰੁਸ ਮਾਰਚ, ਬਾਕੀ ਹੋਰ ਅਲੱਗ ਅਲੱਗ ਪਿੰਡਾਂ ਤੋਂ ਹੈਗਾ, ਲੁਧਿਆਣੇ ਸ਼ਹਿਰ 'ਚ ਹੁੰਦਾ ਆ, ਗਿੱਲ ਰੋਡ ਤੋਂ ਨਹਿਰ ਤੋਂ ਹੋ ਕੇ ਵਾਪਸ ਜਾਏਗਾ। ਕਿੰਨੇ ਕੁ ਟਰੈਕਟਰ ਹੈਗੇ ਨੇ? ਟਰੈਕਟਰ ਹੈਗਾ ਜੀ 300 ਟਰੈਕਟਰ ਹੈਗਾ।